ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਭ ਤੋਂ ਪਹਿਲਾਂ ਤਾਂ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਘੰਟੀ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਅਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਵੀਰੇ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ, ਆ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ। ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ, ਟਰੈਕਟਰ, ਟਰਾਲੀ, ਹਲ, ਤਵੀਆਂ ਜਾਂ ਕੋਈ ਮਸ਼ੀਨਰੀ ਵੀਰੇ ਸੇਲ ਕਰਨੀ ਹੈ ਤਾਂ ਉਸਦੀਆਂ 5-7 ਫੋਟੋਆਂ ਨਾਲ ਹੀ ਉਹਦੀ ਲੋੜੀਂਦੀ ਜਾਣਕਾਰੀ ਆਪਣੇ ਇਸ ਨੰਬਰ 'ਤੇ ਵਟਸਐਪ ਕਰ ਦਿਓ, ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ 'ਤੇ ਕਰ ਦੇਵਾਂਗੇ। ਥੈਂਕ ਯੂ ਵੀਰੇ। ਸੋ ਵੀਰੇ, ਅੱਜ ਆਪਾਂ ਤੁਹਾਡੇ ਲੈ ਕੇ ਆਏ ਹਾਂ 6 ਚੀਜ਼ਾਂ ਨੇ ਸੇਲੀ ਆਪਣੇ ਕੋਲ। ਫਾਰਮ 60-55 ਟਰੈਕਟਰ ਹੈ ਵੀਰੇ, ਸਟੈਂਡਰਡ 460 ਟਰੈਕਟਰ ਹੈ, ਫੋਰਡ 3600 ਟਰੈਕਟਰ ਹੈ, 16 ਫੁੱਟਾ ਟਰਾਲਾ ਹੈ ਵੀਰੇ, ਸਪਲੈਂਡਰ ਮੋਟਰਸਾਈਕਲ ਹੈ ਅਤੇ 16 ਤਵੀਆਂ ਨੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਵੀਰੇ ਫਾਰਮ 60-55 ਟਰੈਕਟਰ ਬਾਰੇ। ਫਾਰਮ 60-55 ਵੀਰੇ 2013 ਮਾਡਲ ਟਰੈਕਟਰ ਹੈ। ਟਰੈਕਟਰ ਦੇ ਜਿਹੜੇ ਟਾਇਰ ਨੇ, ਪਿਛਲੇ ਟਾਇਰ 80 ਪੈਸੇ ਨੇ, ਅਗਲੇ ਟਾਇਰ 40 ਪੈਸੇ ਨੇ, ਬਿਲਕੁਲ ਬੇਦਾਗ ਸਾਫ਼ ਸੁਥਰੇ ਟਾਇਰ ਨੇ ਟਰੈਕਟਰ ਦੇ। ਏਸੀ ਕੈਬਨ ਲੱਗਿਆ ਹੋਇਆ ਵੀਰੇ ਟਰੈਕਟਰ ਨੂੰ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਏਸੀ ਚੱਲਦਾ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਬਾਡੀ ਚਾਸੀ ਲੈਂਕਾਂ ਦਾ ਪੇਂਟ ਸਾਰਾ ਨਾਲ ਦਾ ਓਰਿਜਨਲ ਪੇਂਟ ਹੈ, ਕਿਤੋਂ ਦੁਬਾਰਾ ਨਹੀਂ ਹੋਇਆ, ਕਿਤੋਂ ਪੇਂਟ ਲਿਆ ਨਹੀਂ। ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ, ਕੋਈ ਕਮੀ ਪੇਸ਼ੀ ਨਹੀਂ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਚੈੱਕ ਕਰਕੇ ਵਾਹ ਕੇ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ ਟਰੈਕਟਰ ਦੇ ਵਿੱਚ। ਪਾਵਰ ਸਟੇਅਰਿੰਗ, ਪਾਵਰ ਬ੍ਰੇਕ, ਸਾਈਡ ਗੇਅਰ ਵੀਰੇ, ਡਬਲ ਕਲੱਚ ਰਿਵਰਸ ਪੀਟੀਓ ਦੇ ਨਾਲ ਟਰੈਕਟਰ ਹੈ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਏਰੀਆ ਵੀਰੇ ਝੱਗੀ ਪਣਬਾ ਪਿੰਡ ਹੈ ਵੀਰਾਂ ਦਾ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਉੱਥੇ ਟਰੈਕਟਰ ਖੜ੍ਹਾ ਹੈ। ਟਰੈਕਟਰ ਦੀ ਕੀਮਤ ਰੱਖੀ ਗਈ 5,85,000 ਰੁਪਇਆ, ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ ਵੀਰੇ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਜੇ ਕੋਈ ਉਹਨੇ ਮੇਰਾ ਵੀਰ ਟਰੈਕਟਰ ਨਿਊ ਹੋਲੈਂਡ 36 ਦੀ ਨਾਲ ਐਕਸਚੇਂਜ ਕਰਨਾ ਚਾਹੁੰਦਾ ਤਾਂ ਉਹ 16-17 ਮਾਡਲ ਨਾਲ ਐਕਸਚੇਂਜ ਵੀ ਕਰ ਲੈਣਗੇ। ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇੱਧਰ ਨੂੰ ਟਰੈਕਟਰ ਦਿਖਾ ਰਹੇ ਹਾਂ, ਫੋਰਡ 3600 ਟਰੈਕਟਰ ਹੈ ਵੀਰੇ, 1982 ਮਾਡਲ। ਟਰੈਕਟਰ ਦੇ ਜਿਹੜੇ ਟਾਇਰ ਨੇ, ਪਿਛਲੇ ਟਾਇਰ 70 ਪੈਸੇ ਨੇ, ਅਗਲੇ ਟਾਇਰ 40 ਪੈਸੇ ਨੇ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ, ਬੇਦਾਗ ਸਾਫ਼ ਸੁਥਰੇ ਟਾਇਰ ਨੇ। ਬਾਕੀ ਵੀਰੇ ਟਰੈਕਟਰ ਨੂੰ ਲਿਫਟ ਪੰਪ ਅਤੇ ਡੀਜ਼ਲ ਪੰਪ ਫਾਰਮ 60 ਵਾਲਾ ਲੱਗਿਆ ਹੋਇਆ ਹੈ, ਡੀਲਕਸ ਸ਼ੀਟ ਲੱਗੀ ਹੋਈ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ, ਨਵੀਂ ਬੈਂਟਰੀ ਹੈ, ਇੰਜਨ ਪੰਪ ਗੇਅਰ ਦਾ ਕੰਮ ਸਾਰਾ ਹੋਇਆ ਵੀਰੇ, ਕੋਈ ਕਮੀ ਪੇਸ਼ੀ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ। ਬਾਡੀ ਚਾਸੀ ਦਾ ਪੇਂਟ ਵੀਰੇ ਸਾਰਾ ਨਾਲ ਦਾ ਓਰਿਜਨਲ ਪੇਂਟ ਹੈ, ਸਿਰਫ ਚੱਕੇ ਦੁਆਰਾ ਪੇਂਟ ਹੋਏ ਹੈ, ਬਾਕੀ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ, ਕੋਈ ਟੁੱਟ ਭੱਜ ਨਹੀਂ ਵੀਰੇ, ਕੋਈ ਕਮੀ ਪੇਸ਼ੀ ਨਹੀਂ, ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਏਰੀਆ ਵੀਰੇ ਪੰਜਾਬ ਨੰਬਰ ਹੈ ਟਰੈਕਟਰ, ਧੂਰੀ ਏਰੀਆ ਵੀਰਾਂ ਦਾ, ਜ਼ਿਲ੍ਹਾ ਸੰਗਰੂਰ, ਉੱਥੇ ਟਰੈਕਟਰ ਖੜ੍ਹਾ ਹੈ। ਟਰੈਕਟਰ ਦੀ ਕੀਮਤ ਰੱਖੀ ਗਈ ਹੈ ਵੀਰੇ ਜਿਹੜੀ 1,00,000 ਰੁਪਇਆ ਰੱਖੀ ਗਈ ਹੈ, ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਵੀਰੇ। ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਇਹਨਾਂ ਨੂੰ ਟਰੈਕਟਰ ਦਿਖਾ ਰਹੇ ਹਾਂ, ਸਟੈਂਡਰਡ 460 ਟਰੈਕਟਰ ਹੈ ਵੀਰੇ, 2004 ਮਾਡਲ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ। ਟਰੈਕਟਰ ਦੇ ਜਿਹੜੇ ਟਾਇਰ ਨੇ, 70-80 ਪੈਸੇ ਟਾਇਰ ਨੇ ਵੀਰੇ, ਬਿਲਕੁਲ ਬੇਦਾਗ ਸਾਫ਼ ਸੁਥਰੇ ਟਾਇਰ ਨੇ। ਬਾਕੀ ਵੀਰੇ ਸਾਰਾ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ,
ਬਾਡੀ 'ਚ ਅਸੀਂ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਓਰਿਜਨਲ ਪੇਂਟ ਹੈ ਵੀਰੇ, ਕਿਤੋਂ ਪੇਂਟ ਲਿਆ ਨਹੀਂ, ਕਿਤੋਂ ਦੁਬਾਰਾ ਨਹੀਂ ਹੋਇਆ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਵੀਰੇ। ਟਰੈਕਟਰ ਦੇ ਨਾਲ ਦੇ ਸਟਿੱਕਰ ਲੱਗੇ ਹੋਏ ਨੇ ਹਾਲੇ ਤੱਕ, ਇਕਦਮ ਸਿੱਕੇਬੰਦ ਟਰੈਕਟਰ ਹੈ ਵੀਰੇ, ਕੋਈ ਕਿਤੋਂ ਖੁੱਲ੍ਹਿਆ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ। ਇੰਜਨ ਪੰਪ ਗੇਅਰ ਦਾ ਕੰਮ ਬਿਲਕੁਲ ਓਕੇ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ, ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ। ਪਾਵਰ ਸਟੇਅਰਿੰਗ ਹੈ ਵੀਰੇ ਡਬਲ ਕਲੱਚ ਦੇ ਨਾਲ, ਸੈਂਟਰ ਗੇਅਰ, ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ। ਏਰੀਆ ਵੀਰੇ ਮੱਜੂ ਕੇ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਬਰਨਾਲਾ, ਉੱਥੇ ਟਰੈਕਟਰ ਖੜ੍ਹਾ ਹੈ। ਟਰੈਕਟਰ ਦੀ ਕੀਮਤ ਰੱਖੀ ਗਈ ਹੈ 3,50,000 ਰੁਪਇਆ, ਬਾਕੀ ਹਲਕਾ ਫੁਲਕਾ ਮੌਕੇ 'ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ, ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਹਾਂਜੀ ਵੀਰੇ, ਆਪਾਂ ਤੁਹਾਨੂੰ ਹੈਰੋ ਦਿਖਾ ਰਹੇ ਹਾਂ, 8x8 ਹੈਰੋ ਨੇ ਵੀਰੇ, ਜਾਣੀ ਕਿ 16 ਤਵੀਆਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ ਵੀਰੇ। ਤਵਿਆਂ ਦੀ ਕੰਡੀਸ਼ਨ ਵੀਰੇ 90 ਪੈਸੇ ਤਵੇ ਪਏ ਨੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀਆਂ ਵੀਰੇ। ਹੈਵੀ ਕੁਆਲਿਟੀ ਦੀਆਂ ਤਵੀਆਂ ਬਣੀਆਂ ਹੋਈਆਂ ਤਲਵੰਡੀ ਭਾਈ ਦੀਆਂ, ਬਿਲਕੁਲ ਵਧੀਆ ਹਿੱਸਾ ਪਿਆ ਵੀਰੇ, ਹੈਵੀ ਕੁਆਲਿਟੀ ਦੀਆਂ ਤਵੀਆਂ ਨੇ, 6 ਕੁਇੰਟਲ ਵਜ਼ਨ ਹੈ, ਪੂਰੀ ਓਕੇ ਕੰਡੀਸ਼ਨ ਦੇ ਵਿੱਚ। ਗਰੀਸ ਵਗੈਰਾ ਸਭ ਬੈਰਿੰਗਾਂ ਨੂੰ ਹੋਈ ਹੈ ਵੀਰੇ, ਪ੍ਰੋਪਰ ਓਕੇ ਕੰਡੀਸ਼ਨ ਦੇ ਵਿੱਚ ਚੱਲਦੀਆਂ, ਪੂਰੀਆਂ ਸ਼ੁੱਧ ਤਵੀਆਂ ਨੇ, ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ, ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ, ਕੋਈ ਕਮੀ ਪੇਸ਼ੀ ਨਹੀਂ, ਕੋਈ ਫਾਲਟ ਨਹੀਂ ਵੀਰੇ, ਕੋਈ ਟੁੱਟ ਭੱਜ ਨਹੀਂ ਤਵਿਆਂ ਦੇ ਵਿੱਚ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਤਵੇ ਨੇ, ਹਿੱਸਾ ਵਗੈਰਾ ਪੂਰਾ ਹੈਵੀ ਹੈ ਵੀਰੇ, ਕੋਈ ਜਰ ਨਹੀਂ, ਕੋਈ ਡੈਂਟ ਨਹੀਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਹਿੱਸੇ ਦੇ ਟਾਇਰ ਵਗੈਰਾ ਵੀਰੇ ਬਿਲਕੁਲ ਸਾਫ਼ ਸੁਥਰੇ ਟਾਇਰ ਪਏ ਨੇ, ਓਕੇ ਕੰਡੀਸ਼ਨ ਦੇ ਵਿੱਚ ਤਵੀਆਂ ਨੇ। ਏਰੀਆ ਵੀਰੇ ਤਲਵੰਡੀ ਸਾਬੋ ਏਰੀਆ ਵੀਰਾਂ ਦਾ, ਉੱਥੇ ਤਵੀਆਂ ਖੜੀਆਂ ਨੇ, ਤਵੀਆਂ ਦੀ ਕੀਮਤ ਰੱਖੀ ਗਈ 38,000 ਰੁਪਇਆ, ਬਾਕੀ ਹਲਕਾ ਫੁਲਕਾ ਮੌਕੇ 'ਤੇ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤਵੀਆਂ ਤੁਸੀਂ ਖਰੀਦ ਸਕਦੇ ਹੋ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਤਵੀਆਂ ਨੇ ਵੀਰੇ। ਥੈਂਕ ਯੂ। ਹਾਂਜੀ ਵੀਰੇ, ਆਪਾਂ ਤੁਹਾਨੂੰ ਮੋਟਰਸਾਈਕਲ ਦਿਖਾ ਰਹੇ ਹਾਂ, ਹੀਰੋ ਹੋਂਡਾ ਸਪਲੈਂਡਰ ਪਲੱਸ ਮੋਟਰਸਾਈਕਲ ਹੈ ਵੀਰੇ, 2009 ਮਾਡਲ, ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਮੋਟਰਸਾਈਕਲ ਹੈ, ਟਾਇਰ ਬਿਲਕੁਲ ਨਵੇਂ ਨੇ ਮੋਟਰਸਾਈਕਲ ਦੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ, ਹੀਰੋ ਹੋਂਡੇ ਵਾਲਿਆਂ ਦਾ ਮੋਟਰਸਾਈਕਲ ਹੈ ਵੀਰੇ। ਇੰਜਨ ਗੇਅਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨੇ, ਸਰਵਿਸ ਵਗੈਰਾ ਸਭ ਏਜੰਸੀ ਰਿਕਾਰਡ ਸਰਵਿਸ ਹੈ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਰੰਗ ਪੇਂਟ ਸਾਰਾ ਨਾਲ ਦਾ ਓਰਿਜਨਲ ਰੰਗ ਪੇਂਟ ਹੈ ਵੀਰੇ, ਓਰਿਜਨਲ ਪਾਰਟਸ ਨੇ, ਕੋਈ ਕਿਤੇ ਡੈਂਟ ਨਹੀਂ, ਕੋਈ ਕਿਤੋਂ ਵੀਰੇ ਲੱਗਿਆ ਫੱਗਿਆ ਨਹੀਂ, ਕੋਈ ਐਕਸੀਡੈਂਟਡ ਮੋਟਰਸਾਈਕਲ ਨਹੀਂ, ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਵੀਰੇ। ਸ਼ੀਟ ਕਵਰ ਵਗੈਰਾ ਚੈਨ ਸੈੱਟ ਸਭ ਨਵੇਂ ਨੇ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ, ਕੋਈ ਸਟਾਰਟਿੰਗ ਪ੍ਰੋਬਲਮ ਨਹੀਂ ਵੀਰੇ, ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਸਟਾਰਟ ਹੈ, ਓਕੇ ਕੰਡੀਸ਼ਨ ਦੇ ਵਿੱਚ ਚੱਲਦਾ, ਪੇਪਰ ਵਗੈਰਾ ਸਾਰੇ ਕੰਪਲੀਟ ਨੇ। ਏਰੀਆ ਵੀਰੇ ਜਲਾਲਾਬਾਦ ਏਰੀਆ, ਉੱਥੇ ਮੋਟਰਸਾਈਕਲ ਖੜ੍ਹਾ, ਮੋਟਰਸਾਈਕਲ ਦੀ ਕੀਮਤ ਰੱਖੀ ਗਈ ਹੈ 20,000 ਰੁਪਇਆ, ਬਾਕੀ ਮੌਕੇ 'ਤੇ ਲੈਸ ਵੀ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਮੋਟਰਸਾਈਕਲ ਤੁਸੀਂ ਖਰੀਦ ਸਕਦੇ ਹੋ। ਨਾਲ ਹੀ ਵੀਰੇ ਮੋਟਰਸਾਈਕਲ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ, ਤਾਂ ਕਿ ਕਿਸੇ ਮੇਰੇ ਵੀਰ ਨੂੰ ਦਿੱਕਤ ਨਾ ਆਵੇ। ਥੈਂਕ ਯੂ ਵੀਰੇ। ਪੰਜਾਬ ਨੰਬਰ ਮੋਟਰਸਾਈਕਲ ਹੈ ਵੀਰੇ, ਥੈਂਕ ਯੂ ਵੈਰੀ ਮੱਚ। ਹਾਂਜੀ ਵੀਰੇ, ਆਪਾਂ ਤੁਹਾਨੂੰ ਟਰਾਲਾ ਦਿਖਾ ਰਹੇ ਹਾਂ, 16x7 ਫੁੱਟਾ ਸਾਈਜ਼ ਹੈ ਵੀਰੇ, 2019 ਮਾਡਲ ਟਰਾਲਾ ਹੈ, ਬਿਲਕੁਲ ਨਵਾਂ ਟਰਾਲਾ ਹੈ ਵੀਰੇ। ਟਰਾਲੇ ਦੀ ਜਿਹੜੀ ਬਾੜ ਹੈ 1.5 ਫੁੱਟ ਬਾੜ ਹੈ ਵੀਰੇ, ਟਾਇਰ ਬਿਲਕੁਲ ਨਵੇਂ ਨੇ, ਚਾਰੇ ਟਾਇਰ ਓਕੇ ਕੰਡੀਸ਼ਨ ਦੇ ਵਿੱਚ ਹੈ, ਬਿਲਕੁਲ ਸਾਫ਼ ਸੁਥਰੇ ਬੇਦਾਗ ਟਾਇਰ ਨੇ, ਬਿਲਕੁਲ ਨਵਾਂ ਟਰਾਲਾ ਹੈ ਵੀਰੇ, ਕੋਈ ਟੁੱਟ ਭੱਜ ਨਹੀਂ। ਫਰਸ਼ ਚਾਦਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ, ਬਿਲਕੁਲ ਨਵੀਂ ਫਰਸ਼ ਚਾਦਰ ਹੈ ਵੀਰੇ, ਹੈਵੀ ਕੁਆਲਿਟੀ ਦੀ ਚਾਦਰ ਦਾ ਬਣਿਆ ਹੋਇਆ ਹੈ। ਹਿੱਸਾ ਵਗੈਰਾ ਬਿਲਕੁਲ ਹੈਵੀ ਕੁਆਲਿਟੀ ਦਾ ਲੱਗਿਆ ਹੋਇਆ ਵੀਰੇ। ਗਾਡਰ ਚੈਨਲਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ,
ਬਿਲਕੁਲ ਹੈਵੀ ਗਾਡਰ ਲੱਗੇ ਹੋਏ ਨੇ, ਓਕੇ ਕੰਡੀਸ਼ਨ ਵਿੱਚ ਟਰਾਲਾ ਚੱਲਦਾ ਹੈ, ਤੂੜੀ ਦੇ ਕੰਮ ਲਈ ਬਣਵਾਇਆ ਗਿਆ ਵੀਰੇ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ, ਕੋਈ ਜਰ ਨਹੀਂ, ਕੋਈ ਟੁੱਟ ਭੱਜ ਨਹੀਂ, ਕੋਈ ਡੈਂਟ ਨਹੀਂ, ਪੂਰੀ ਓਕੇ ਕੰਡੀਸ਼ਨ ਹੈ। ਏਰੀਆ ਵੀਰੇ ਖਾਜੂ ਵਾਲਾ ਪਿੰਡ ਹੈ ਵੀਰਾਂ ਦਾ, ਜ਼ਿਲ੍ਹਾ ਬੀਕਾਨੇਰ ਰਾਜਸਥਾਨ, ਉੱਥੇ ਇਹ ਟਰਾਲਾ ਖੜ੍ਹਾ ਹੈ। ਟਰਾਲੇ ਦੀ ਕੀਮਤ ਰੱਖੀ ਗਈ ਹੈ 2,80,000 ਰੁਪਇਆ, ਬਾਕੀ ਹਲਕਾ ਫੁਲਕਾ ਲੈਸ ਹੋ ਜੂਗਾ। ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ 'ਤੇ ਸ਼ੋ ਹੋ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈਵੀ ਕੁਆਲਿਟੀ ਦਾ ਟਰਾਲਾ ਵੀਰੇ। ਥੈਂਕ ਯੂ। ਸੋ ਥੈਂਕ ਯੂ ਵੀਰੇ, ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਜੁੜੇ ਹੋਏ ਨੇ, ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ। ਅਤੇ ਜਿਹੜੇ ਵੀਰਾਂ ਨੇ ਹਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਰਿਕੁਐਸਟ ਆ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਨਾਲ ਹੀ ਵੀਰੇ ਘੰਟੀ ਦੇ ਬਟਨ 'ਤੇ ਕਲਿੱਕ ਜ਼ਰੂਰ ਕਰਨਾ ਹੈ, ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਸੋ ਨਾਲ ਹੀ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪਦੇ ਕੀਮਤੀ ਸੁਝਾਅ ਸਾਨੂੰ ਜ਼ਰੂਰ ਦਿਆ ਕਰੋ, ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਅਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ, ਅਤੇ ਜੇ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਰਹਿੰਦੀ ਹੈ ਸਾਨੂੰ ਉਹਦਾ ਵੀ ਪਤਾ ਲੱਗ ਸਕੇ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦਿਆ ਕਰੋ, ਤਾਂ ਕਿ ਵੀਡੀਓ ਅੱਗੇ ਆਪਣੇ ਕਿਸਾਨ ਵੀਰਾਂ ਕੋਲ ਪਹੁੰਚਦੀ ਰਹੇ ਅਤੇ ਉਹਨਾਂ ਨੂੰ ਮਸ਼ੀਨਰੀ ਖਰੀਦਣ ਦੇ ਵਿੱਚ ਫਾਇਦਾ ਹੋ ਸਕੇ। ਸੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਰੇ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਨਾਲ ਹੀ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ। ਥੈਂਕ ਯੂ ਵੈਰੀ ਮੱਚ ਵੀਰੇ।